ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪ ਜੀ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ, ਉਮੀਦ ਕਰਦੇ ਹਾਂ। ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਮਹਾਰਾਜ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ। ਗੁਰਮੁਖ ਪਿਆਰਿਓ, ਬਹੁਤ ਦਿਨਾਂ ਤੋਂ ਆਪ ਜੀ ਨਾਲ ਕੋਈ ਵੀਡੀਓ ਬਣਾ ਕੇ ਸਾਂਝ ਨਹੀਂ ਪਾ ਪਾਏ। ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਜੋ ਮਹਾਰਾਜ ਨੇ ਸੇਵਾਵਾਂ ਲਾਈਆਂ ਸੀ, ਉਸ ਸੇਵਾ ਦੇ ਵਿੱਚ ਵਾਹਿਗੁਰੂ ਜੀ ਸਮਾਂ ਹੀ ਨਹੀਂ ਲੱਗ ਰਿਹਾ ਸੀ ਵੀਡੀਓ ਬਣਾਉਣ ਦਾ ਜਾਂ ਇਹਦੇ ਬਾਰੇ ਕੁਝ ਸੋਚਣ ਦਾ, ਸਮਾਂ ਨਹੀਂ ਲੱਗਿਆ ਬਿਲਕੁਲ ਵੀ। ਆਪ ਜੀ ਤੋਂ ਮਾਫ਼ੀ ਵੀ ਚਾਹੁੰਦੇ ਹਾਂ ਕਿ ਬਹੁਤ ਗੁਰਮੁਖਾਂ ਦੇ ਮੈਸੇਜ ਆਏ ਸੀ ਕਿ ਯੂਟਿਊਬ 'ਤੇ ਜਾਂ ਕੋਈ ਅਪਡੇਟ ਕਿਉਂ ਨਹੀਂ ਪਾ ਰਹੇ ਵੀ ਸਭ ਚੜ੍ਹਦੀ ਕਲਾ 'ਚ। ਗੁਰੂ ਸਾਹਿਬ ਜੀ ਨੇ ਬਹੁਤ ਚੜ੍ਹਦੀ ਕਲਾ 'ਚ ਰੱਖਿਆ ਹੋਇਆ ਵਾਹਿਗੁਰੂ ਜੀ ਮਹਾਰਾਜ ਦਾ ਤਰਸ। ਅਸਲ 'ਚ ਵਾਹਿਗੁਰੂ ਜੀ ਕੁਛ ਇੱਦਾਂ ਦੇ ਕਾਰਜ ਮਹਾਰਾਜ ਨੇ ਬਖਸ਼ੇ ਸੀ ਜਿਹਦੇ ਕਰਕੇ ਹਫ਼ਤਾ 10 ਦਿਨ ਵਾਹਿਗੁਰੂ ਜੀ ਆਪਣੇ ਮਾਇੰਡ 'ਚ ਇਹ ਚੀਜ਼ਾਂ ਨਹੀਂ ਆਈਆਂ ਕਿ ਵੀਡੀਓ ਬਣਾ ਸਕਦੇ ਹਾਂ, ਨਹੀਂ ਕਿਉਂਕਿ ਬਿਜ਼ੀ ਜ਼ਿਆਦਾ ਹੋਣ ਕਰਕੇ। ਹੁਣ ਮਾਲਕ ਨੇ ਤਰਸ ਕਰਕੇ ਅੱਜ ਸਮਾਂ ਥੋੜ੍ਹਾ ਬਖਸ਼ਿਆ ਅਤੇ ਸੋਚਿਆ ਵੀ ਆਪ ਜੀ ਨਾਲ ਦੁਬਾਰਾ ਤੋਂ ਜੁੜੀਏ। ਬਹੁਤ ਗੱਲਾਂ ਸੀ ਐਸੀਆਂ ਜੋ ਆਪ ਜੀ ਨਾਲ ਸ਼ੇਅਰ ਕਰਨਾ ਤਾਂ ਚਾਹੁੰਦੇ ਸੀ, ਪਰ ਉਹੀ ਗੱਲ ਹੈ ਵੀ ਜਦੋਂ ਸਮਾਂ ਹੋਏ ਤਾਂ ਹੀ ਉਹ ਚੀਜ਼ਾਂ ਹੋ ਸਕਦੀਆਂ, ਵੀਡੀਓਜ਼ ਵਗੈਰਾ। ਬਾਕੀ ਗੁਰਮੁਖ ਪਿਆਰਿਓ, ਆਪ ਜੀ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ, ਨਾਮ ਬੰਦਗੀ ਜਿਹੜੀ ਹੈ ਵਾਹਿਗੁਰੂ ਜੀ ਉਹ ਨਿਰੰਤਰ ਜਾਰੀ ਰੱਖਿਓ। ਨਾਮ ਬੰਦਗੀ ਨਹੀਂ ਛੱਡਣੀ ਆਪਾਂ, ਮਹਾਰਾਜ ਆਪੇ ਕਿਰਪਾ ਕਰਦੇ ਨੇ, ਸਾਰੇ ਕਾਰਜ ਮਹਾਰਾਜ ਆਪ ਸਵਾਰਦੇ ਨੇ, ਸਾਰਾ ਉਹਦੇ ਹੁਕਮ 'ਚ ਚੱਲ ਰਿਹਾ। ਜਦੋਂ ਆਪਾਂ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਚੱਲਣਾ ਸਿੱਖ ਜਾਈਏ, ਜਦੋਂ ਮਹਾਰਾਜ ਦੀ ਗੱਲ ਮੰਨਣੀ ਸਮਝ ਲਈਏ ਵੀ ਕਿਵੇਂ ਚੱਲਣਾ, ਮਹਾਰਾਜ ਕਿਵੇਂ ਚਾਹੁੰਦੇ ਨੇ ਵੀ ਸਾਡਾ ਜੀਵਨ ਕੈਸਾ ਹੋਵੇ, ਤਾਂ ਮਾਲਕ ਆਪ ਫਿਰ ਸਹਾਏ ਹੁੰਦੇ ਨੇ। ਹਾਂਜੀ, ਅੱਜ ਵਾਹਿਗੁਰੂ ਜੀ ਜੋ ਵੀਡੀਓ 'ਚ ਆਪ ਜੀ ਨਾਲ ਗੱਲ ਸ਼ੇਅਰ ਕਰਨੀ ਹੈ, ਉਹ ਆਪ ਜੀ ਨੇ ਕੁਛ ਆਪ ਜੀ ਨੂੰ ਥੋੜ੍ਹਾ ਸਮਝ ਲੱਗ ਗਿਆ ਹੋਏਗਾ ਥੰਬਨੇਲ ਤੋਂ ਪੜ੍ਹ ਕੇ, ਪਰ ਆਓ ਹੁਣ ਆਪਾਂ ਉਸ ਗੱਲ 'ਤੇ ਵਿਚਾਰ ਕਰੀਏ। ਵਾਹਿਗੁਰੂ ਜੀ, ਗੱਲ ਇੰਜ ਸ਼ੁਰੂ ਕਰਾਂਗੇ ਆਪਾਂ ਵੀ ਸਾਨੂੰ ਨਾ ਇੱਕ ਗੁਰਮੁਖ ਮਿਲੇ, ਉਹਨਾਂ ਨੇ ਆਪਣਾ ਜੀਵਨ ਦਾ ਐਕਸਪੀਰੀਅੰਸ ਸ਼ੇਅਰ ਕੀਤਾ। ਗੱਲ ਸ਼ੋਰਟ ਦੇ ਵਿੱਚ ਅਗਰ ਆਪਾਂ ਪਹਿਲਾਂ ਰੱਖੀਏ, ਫਿਰ ਆਪਾਂ ਇਹਨੂੰ ਵਿਚਾਰ ਲਾਂਗੇ ਵੀ ਗੱਲ ਇੱਦਾਂ ਹੋਈ ਵੀ ਵਾਹਿਗੁਰੂ ਜੀ ਉਹ ਪੈਸੇ ਦੇ ਇੰਨੇ ਕੁ ਹੰਕਾਰ ਦੇ ਵਿੱਚ ਸੀ, ਜਾਂ ਉਹਨੂੰ ਲੱਗਦਾ ਸੀ ਵੀ ਪੈਸੇ ਨਾਲ ਮੈਂ ਕੁਛ ਵੀ ਕਰ ਸਕਦਾ, ਅਤੇ ਪੈਸੇ ਦੇ ਹੰਕਾਰ ਵਿੱਚ ਉਹਨੂੰ ਇੰਝ ਲੱਗਣ ਲੱਗ ਗਿਆ ਸੀ ਕਿ ਜੋ ਵੀ ਕਰ ਰਿਹਾ ਹੁਣ ਮੈਂ ਹੀ ਕਰ ਰਿਹਾ, ਵੀ ਇਹ ਮੇਰਾ ਹੁਕਮ ਚੱਲਣ ਲੱਗ ਗਿਆ। ਕਿਉਂ? ਕਿਉਂਕਿ ਉਹ ਕਰ ਕਰਕੇ ਦਿਖਾਉਣ ਲੱਗ ਗਿਆ ਵੀ ਮੇਰੇ ਪੈਸੇ ਦੀ ਪਾਵਰ ਦੇਖੋ, ਵੀ ਮੈਨੂੰ ਸਲੂਟ ਵੱਜਦੇ ਨੇ। ਉਹਨਾਂ ਦੇ ਅੰਦਰ ਇਹ ਆ ਗਿਆ ਸੀ ਵਾਹਿਗੁਰੂ ਜੀ ਕਿ ਪੈਸਾ ਫੈਂਕ ਤੇ ਤਮਾਸ਼ਾ ਦੇਖ, ਸਲੂਟ ਵੱਜਦੇ ਨੇ, ਕਰ ਕਰਕੇ ਕਹਿਣਾ ਵੀ ਆਹ ਦੇਖ ਪੈਸੇ ਕਰਕੇ ਆਹ ਬੰਦਾ ਦੇਖ ਕਿਵੇਂ ਮੇਰੇ ਮਗਰ ਹੈ, ਪੈਸੇ ਕਰਕੇ ਆਹ ਹੋ ਰਿਹਾ, ਪੈਸੇ ਕਰਕੇ ਆਹ ਕਰਤਾ, ਪੈਸੇ ਨੇ ਆਹ ਕੰਮ ਕਰਾਤਾ ਜਿਹੜਾ ਕੰਮ ਨਹੀਂ ਹੋਣਾ ਸੀ ਉਹ ਵੀ ਕਰਾਤਾ, ਮਤਲਬ ਪੈਸੇ ਦੇ ਲਈ ਹੀ ਉਹਦੇ ਅੰਦਰ ਫੁਰਨੇ ਚੱਲੀ ਜਾ ਰਹੇ ਸੀ। ਤੇ ਵਾਹਿਗੁਰੂ ਜੀ ਕਹਿੰਦੇ ਆ ਨਾ ਵੀ ਮਹਾਰਾਜ ਨੂੰ ਨਹੀਂ ਭੁੱਲਣਾ ਚਾਹੀਦਾ ਤੇ ਹੰਕਾਰ ਨਹੀਂ ਕਰਨਾ ਚਾਹੀਦਾ ਕਿਸੇ ਵੀ ਗੱਲ ਦਾ, ਉਹ ਮਹਾਰਾਜ ਨੂੰ ਭੁੱਲ ਬੈਠਾ ਸੀ। ਇਹ ਆਪ ਦੱਸ ਰਹੇ ਨੇ ਵੀ ਪੈਸੇ ਦੇ ਹੰਕਾਰ 'ਚ, ਤੇ ਮੈਂ ਲੋਕਾਂ ਨੂੰ ਇਹ ਕਹਿਣ ਲੱਗ ਗਿਆ ਸੀ ਵੀ ਇਹ ਵਾਹਿਗੁਰੂ ਵਾਹਿਗੁਰੂ ਜਾਂ ਜਿਹੜਾ ਤੁਸੀਂ ਪਾਠ ਕਰਦੇ ਹੋ ਬੈਠ ਕੇ ਇਹਦੇ ਨਾਲ ਕੀ ਹੋ ਜਾਏਗਾ, ਇਹ ਉਹਨਾਂ ਦਾ ਸਵਾਲ ਸੀ ਵੀ ਇਹਦੇ ਨਾਲ ਕੀ ਹੋ ਜਾਊਗਾ, ਕਰਨਾ ਤਾਂ ਅਸੀਂ ਹੁੰਦਾ, ਉਹ ਥੋੜ੍ਹੀ ਕਰ ਰਹੇ, ਇਹ ਉਹਨਾਂ ਦਾ ਕਹਿਣਾ ਸੀ ਵੀ ਕਰਦੇ ਤਾਂ ਸਭ ਕੁਝ ਅਸੀਂ ਹਾਂ, ਉਹ ਤਾਂ ਕੁਛ ਕਰ ਹੀ ਨਹੀਂ ਸਕਦਾ, ਉਹਨੇ ਤਾਂ ਸਾਨੂੰ ਬਸ ਬਣਾ ਕੇ ਭੇਜਤਾ, ਕਰ ਤਾਂ ਅਸੀਂ ਰਹੇ ਹਾਂ, ਅਤੇ ਉਹਦਾ ਕੋਈ ਹੁਕਮ ਨਹੀਂ, ਉਹਦੀ ਕੋਈ ਖੇਡ ਨਹੀਂ, ਇੱਦਾਂ ਉਹਨਾਂ ਦਾ ਕਹਿਣਾ ਸੀ। ਹੋਇਆ ਕਿ ਵਾਹਿਗੁਰੂ ਜੀ ਹਰ ਕੰਮ ਦੇ ਵਿੱਚ ਪੈਸੇ ਦੀ ਜਿਹੜੀ ਪਾਵਰ ਦੀ ਵਰਤੋਂ ਕਰਨੀ ਜਾਂ ਪੈਸੇ ਦਾ ਹੰਕਾਰ ਕਰਨਾ, ਉਹ ਆਪਣੇ ਮੂੰਹੋਂ ਇਹ ਗੱਲਾਂ ਦੱਸ ਰਹੇ ਸੀ ਵੀ ਇੱਦਾਂ ਕਰਕੇ ਮੇਰਾ ਜੀਵਨ ਇੰਨਾ ਹੰਕਾਰ 'ਚ ਮੈਂ ਚਲੇ ਗਿਆ ਵੀ ਮੈਂ ਕਦੀ ਉਸ ਮਹਾਰਾਜ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ, ਨਾਲੇ ਮੈਨੂੰ ਇੰਝ ਹੁੰਦਾ ਸੀ ਵੀ
ਮੈਂ ਹੀ ਰੱਬ ਆ, ਉਹ ਇੰਜ ਦੀ ਫੀਲਿੰਗ 'ਚ ਚਲੇ ਗਏ ਵੀ ਮੈਂ ਹੀ ਰੱਬ ਆ। ਅਤੇ ਫਿਰ ਹੋਇਆ ਕਿ ਵਾਹਿਗੁਰੂ ਜੀ ਹਾਲਾਤ ਕਹਿੰਦੇ ਆ ਨਾ, ਸਮਾਂ ਜਿਹੜਾ ਹੁੰਦਾ ਉਹ ਸਾਨੂੰ ਬਹੁਤ ਕੁਛ ਸਿਖਾਉਂਦਾ। ਅਤੇ ਮਹਾਰਾਜ ਬਿਲਕੁਲ ਹੈ ਨਾ, ਅਤੇ ਮਹਾਰਾਜ ਦੀ ਜਿਹੜੀ ਹੋਂਦ ਹੈ ਜਦੋਂ ਅਸੀਂ ਉਹਨੂੰ ਵਿਸਾਰ ਦਿੰਦੇ ਹਾਂ ਅਤੇ ਵਾਹਿਗੁਰੂ ਜੀ ਉਹ ਕਿਸੇ ਵੀ ਰੂਪ ਦੇ ਵਿੱਚ ਆ ਕੇ ਸਾਨੂੰ ਜਿਤਾ ਸਕਦਾ ਕਿ ਮਾਲਕ ਉਹੀ ਹੈ। ਕਾਲ ਦੀ ਖੇਡ ਹੈ ਜਿਹੜੀ, ਪੈਸਾ ਮਾਇਆ, ਉਹਦੇ ਵਿੱਚ ਅਸੀਂ ਇੰਨੇ ਕੁ ਉਲਝ ਜਾਂਦੇ ਹਾਂ ਕਿ ਅਸੀਂ ਉਸ ਪਿਤਾ ਨੂੰ ਹੀ ਕੁਛ ਨਹੀਂ ਸਮਝਦੇ। ਉਹਦੇ ਨਾਲ ਇੰਝ ਹੋ ਗਿਆ ਵਾਹਿਗੁਰੂ, ਜਦਕਿ ਪਿਤਾ ਜੀ ਤੋਂ ਕਹਿੰਦੇ ਆ ਕਿ ਬੇਟਾ ਜਿਹੜੀ ਚੀਜ਼ ਆਪਾਂ ਕਰਨ ਆਏ ਹਾਂ ਪਹਿਲੇ ਉਸ ਉੱਤੇ ਧਿਆਨ ਦਿਓ, ਜਦੋਂ ਤੁਸੀਂ ਧਿਆਨ ਦੇ ਦੋਗੇ ਉਸ ਉੱਤੇ ਮੈਂ ਤਾਂ ਤੁਹਾਡੇ ਕਦਮਾਂ ਵਿੱਚ ਹਰ ਇੱਕ ਚੀਜ਼ ਰੱਖ ਦਾਂਗਾ। ਬਿਲਕੁਲ ਸਹੀ ਗੱਲ ਹੈ, 7 ਵਜੇ। ਬਟ ਆਪਾਂ ਵਹੀ ਵਾਲੀ ਗੱਲ ਹੈ ਵਾਹਿਗੁਰੂ ਜੀ, ਉਹੀ ਗੱਲ ਜਦੋਂ ਆਪਾਂ ਮਾਤ ਗਰਭ ਵਿੱਚ ਹੁੰਦੇ ਹਾਂ ਤਾਂ ਸਾਨੂੰ ਯਾਦ ਹੁੰਦਾ, ਜਦੋਂ ਆਪਾਂ ਦੁਨੀਆਂ ਵਿੱਚ ਆਉਂਦੇ ਹਾਂ ਆਪਾਂ ਫਿਰ ਪਾਂਚ ਦੂਤਾਂ ਦੇ ਵੱਸ ਹੋ ਜਾਂਦੇ, ਮਾਇਆ ਦੀ ਅਗਨ ਲੱਗਦੀ ਹੈ ਜਿਵੇਂ ਹੀ, ਅਤੇ ਵਾਹਿਗੁਰੂ ਜੀ ਅਸੀਂ ਵਿਸਾਰ ਦਿੰਦੇ ਹਾਂ ਮਾਰੇ 7 ਵਜੇ ਵਾਹਿਗੁਰੂ। ਅਤੇ ਵਾਹਿਗੁਰੂ ਜੀ ਫਿਰ ਹੁੰਦਾ ਕੀ ਹੈ ਕਿ ਇੱਕ ਐਸਾ ਸਮਾਂ ਉਹਨਾਂ 'ਤੇ ਬਣ ਆਇਆ ਕਿ ਉਹਨਾਂ ਨੂੰ ਨਾ ਕੁਛ ਪ੍ਰੋਬਲਮ ਹੋਣੀ ਸਰੀਰਕ ਸ਼ੁਰੂ ਹੋਈ, ਅਤੇ ਉਦੋਂ ਵੀ ਉਹਨਾਂ ਦਾ ਹੰਕਾਰ ਬਹੁਤ ਅੱਗੇ ਆ ਰਿਹਾ ਸੀ ਵੀ ਇਹਦਾ ਇਲਾਜ ਕਿੰਨੇ ਦਾ ਹੋ ਜੂਗਾ, ਲੱਖਾਂ 'ਚ ਹੋ ਜੂਗਾ, ਹਜ਼ਾਰਾਂ 'ਚ ਹੋ ਜੂਗਾ, ਵੱਧ ਤੋਂ ਵੱਧ ਕਰੋੜਾਂ 'ਚ ਹੋ ਜਾਏਗਾ। ਉਹ ਹੋਸਪਿਟਲ ਗਏ, ਹੋਸਪਿਟਲ ਗਏ ਅਤੇ ਵਧੀਆ ਤੋਂ ਵਧੀਆ ਡਾਕਟਰ, ਵਧੀਆ ਤੋਂ ਵਧੀਆ ਹੋਸਪਿਟਲ ਗਏ ਕਿ ਇੱਥੇ ਤਾਂ ਇਲਾਜ ਆਰਾਮ ਨਾਲ ਹੋ ਜਾਏਗਾ। ਪਹਿਲਾਂ ਸ਼ੁਰੂਆਤ ਵਿੱਚ ਉਸ ਗੱਲ ਨੂੰ ਉਹਨਾਂ ਨੇ ਥੋੜ੍ਹਾ ਲਾਈਟ ਲੈ ਲਿਆ ਵੀ ਠੀਕ ਹੈ ਦਵਾਈ ਖਾਊਂਗਾ, ਥੋੜ੍ਹਾ ਟ੍ਰੀਟਮੈਂਟ ਚੱਲੂਗਾ, ਮੈਂ ਠੀਕ ਹੋ ਜਾਊਂਗਾ। ਉਦੋਂ ਵੀ ਹੰਕਾਰ ਨਹੀਂ ਛੱਡਿਆ ਸੀ, ਪਰ ਉਹ ਕੁਛ ਸਮਾਂ ਬੀਤਦਾ ਗਿਆ ਅਤੇ ਜਦੋਂ ਵਾਹਿਗੁਰੂ ਜੀ ਉਹ ਡਾਕਟਰਾਂ ਦਾ ਇਹ ਕਹਿਣਾ ਹੋ ਗਿਆ ਵੀ ਤੁਹਾਡੀ ਜਿਹੜੀ ਪ੍ਰੋਬਲਮ ਹੈ ਬਹੁਤ ਵੱਧ ਗਈ ਹੈ, ਤੁਹਾਡੀ ਪ੍ਰੋਬਲਮ ਜਿਹੜੀ ਹੈ ਉਹ ਸਾਡੇ ਹੱਥ ਤੋਂ ਬਾਹਰ ਜਾ ਰਹੀ ਹੈ ਅਤੇ ਇਹਦਾ ਕੋਈ ਇਲਾਜ ਨਹੀਂ। ਜਦੋਂ ਡਾਕਟਰਾਂ ਨੇ ਇਸ ਪਾਸੇ ਤੋਂ ਇਹਨਾਂ ਨੂੰ ਕਹਿਣਾ ਸ਼ੁਰੂ ਕੀਤਾ ਅਤੇ ਫਿਰ ਵੀ ਉਹਨਾਂ ਦੇ ਅੰਦਰ ਇਹ ਚੱਲ ਰਿਹਾ ਸੀ ਵੀ ਨਹੀਂ ਨਹੀਂ ਇੰਝ ਕਿਵੇਂ ਹੋ ਸਕਦਾ, ਵੀ ਤੁਸੀਂ ਕਰੋ ਜੋ ਕਰਨਾ ਹੈ, ਕੋਈ ਓਪਰੇਟ ਕਰਨਾ ਹੈ, ਕੋਈ ਹੋਰ ਦੱਸੋ ਵੀ ਕਿੱਦਾਂ ਦਾ ਕੋਈ ਇਲਾਜ ਕਰ ਸਕਦੇ ਹੋ ਕਰੋ, ਹੈ ਨਾ। ਵੀ ਅੱਜ ਕੱਲ੍ਹ ਤਾਂ ਯੁੱਗ ਐਸਾ ਚੱਲ ਰਿਹਾ ਵੀ ਸਾਇੰਸ ਅਤੇ ਡਾਕਟਰ ਵੀ ਤੁਸੀਂ ਤਾਂ ਬੰਦੇ ਨੂੰ ਬਚਾ ਲੈਂਦੇ ਹੋ, ਇਹ ਉਹਨਾਂ ਦਾ ਕਹਿਣਾ ਸੀ ਵੀ ਐਡੀ ਉੱਪਰ ਤੱਕ ਦੀ ਗੱਲ ਹੋ ਗਈ। ਫਿਰ ਉਹਨਾਂ ਨੂੰ ਡਾਕਟਰਾਂ ਨੂੰ ਕਹੀ ਜਾ ਰਹੇ ਨੇ, ਕਹਿੰਦੇ ਤੁਸੀਂ ਪੈਸੇ ਦੀ ਪਰਵਾਹ ਨਹੀਂ ਕਰਨੀ, ਜਿੰਨਾ ਕਹੋਗੇ ਉਹਨਾਂ ਦੇਵਾਂਗਾ, ਮੇਰੀ ਪ੍ਰੋਬਲਮ ਠੀਕ ਕਰਕੇ ਦਿਓ। ਡਾਕਟਰਾਂ ਨੇ ਉੱਥੇ ਸਮਝਾਇਆ ਕਿ ਵਾਹਿਗੁਰੂ ਜੀ ਪੈਸੇ ਦੀ ਗੱਲ ਨਹੀਂ ਹੈ, ਉਹ ਤਾਂ ਤੁਸੀਂ ਖਰਚ ਦਿਓਗੇ, ਤੁਹਾਨੂੰ ਸ਼ਾਇਦ ਮਾਲਕ ਨੇ ਬਹੁਤ ਜ਼ਿਆਦਾ ਹੀ ਪੈਸਾ ਬਖਸ਼ਤਾ, ਪਰ ਗੱਲ ਇੱਥੇ ਪੈਸੇ ਦੀ ਨਹੀਂ ਹੈ, ਗੱਲ ਇਹ ਕਿ ਜਿੱਥੇ ਤੱਕ ਸਾਡੀ ਲਿਮਿਟ ਹੈ, ਜਿੱਥੇ ਤੱਕ ਸਾਨੂੰ ਸਮਝ ਹੈ ਉਸ ਗੱਲ ਦੀ, ਉਹਨਾਂ ਅਸੀਂ ਕਿਓਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਦੇ 'ਚ ਸਾਨੂੰ ਕੋਈ ਹੱਲ ਨਹੀਂ ਮਿਲ ਰਿਹਾ, ਉਹ ਪ੍ਰੋਬਲਮ ਸਾਡੇ ਹੱਥ ਤੋਂ ਬਾਹਰ ਜਾਈ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਬਿਲਕੁਲ ਹੀ ਸਾਡੇ ਹੱਥੋਂ ਬਾਹਰ ਚੱਲ ਜੂਗੀ ਵੀ ਇਹ ਤਾਂ ਇਹਦਾ। ਉਹ ਕਹਿੰਦਾ ਫਿਰ ਅੱਛਾ ਇਹ ਦੱਸੋ, ਅੱਗੋਂ ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਇਹ ਦੱਸੋ ਵੀ ਪੈਸੇ ਤੋਂ ਬਗੈਰ ਤਾਂ ਕੋਈ ਹੱਲ ਨਹੀਂ, ਪੈਸਾ ਮੇਰੇ ਕੋਲ ਹੈ ਅਤੇ ਮੈਨੂੰ ਦੱਸੋ। ਫਿਰ ਕਹਿ ਰਹੇ ਵੀ ਫੋਰਨ ਚੱਲ ਜਾ, ਉੱਥੇ ਹੋ ਜੂਗਾ ਇਲਾਜ, ਫਲਾਣੀ ਕੰਟਰੀ 'ਚ ਹੋ ਜੂਗਾ, ਹੋਰ ਕੋਈ ਵਧੀਆ ਡਾਕਟਰ ਉਹ ਦੱਸ ਦਿਓ, ਫੀਸ ਦੀ ਟੈਨਸ਼ਨ ਨਾ ਲਓ ਤੁਸੀਂ। ਇਹਨਾਂ ਗੱਲਾਂ 'ਚ ਘੁੰਮੀ ਜਾ ਰਹੇ, ਡਾਕਟਰ ਫਿਰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਕਿ ਚਾਹੇ ਤੁਸੀਂ ਕਿਸੇ ਵੀ ਕੰਟਰੀ 'ਚ ਚੱਲ ਜਾਓ, ਜਿਹੜੀਆਂ ਤੁਹਾਡੀਆਂ ਰਿਪੋਰਟਾਂ ਆਈਆਂ ਨੇ, ਚਾਹੇ ਤੁਸੀਂ ਹੁਣ ਇਹਨੂੰ ਮੇਲ ਕਰਕੇ ਦੇਖ ਲਓ ਇਹ ਰਿਪੋਰਟਾਂ ਨੂੰ ਕਿਸੇ ਡਾਕਟਰ ਨੂੰ ਜਿਹੜਾ ਬਹੁਤ ਚੰਗਾ ਡਾਕਟਰ ਹੈ, ਉਹ ਔਨਲਾਈਨ ਵੀ ਤੁਹਾਡੇ ਨਾਲ ਗੱਲ ਕਰਕੇ ਤੁਹਾਨੂੰ ਦੱਸ ਦੇਗਾ ਵੀ ਇਹਦਾ ਹੁਣ ਕੋਈ ਹੱਲ ਨਹੀਂ। ਉਹ ਨਹੀਂ ਮੰਨ ਰਿਹਾ ਸੀ ਕਿ ਨਹੀਂ, ਪੈਸਾ ਤਾਂ ਹਰ ਚੀਜ਼ ਦਾ ਹੱਲ ਹੈ, ਪੈਸਾ ਤਾਂ ਬਚਾ ਲੈਂਦਾ ਬੰਦੇ ਨੂੰ। ਫਿਰ ਉੱਥੇ ਡਾਕਟਰਾਂ ਨੇ ਕਿਹਾ ਕਿ ਤੁਸੀਂ ਇੰਝ ਕਰ ਰਹੇ ਹੋ ਵਾਹਿਗੁਰੂ ਜੀ ਵੀ ਤੁਸੀਂ ਨਾ ਉਹ ਡਾਕਟਰ ਨੂੰ ਵੀ ਦੇਖੋ, ਮਤਲਬ ਇੱਕ ਡਾਕਟਰ ਕਹਿੰਦੇ ਨਾ ਵੀ ਰੱਬ ਨੂੰ ਨਹੀਂ ਮੰਨਦੇ ਡਾਕਟਰ, ਜਾਂ ਬਹੁਤਾ ਵਿਸ਼ਵਾਸ ਨਹੀਂ ਰੱਖਦੇ, ਸਾਇੰਸ ਵਿਸ਼ਵਾਸ ਨਹੀਂ ਕਰਦਾ। ਡਾਕਟਰ ਦੇ ਵੀ ਮੂੰਹੋਂ ਇਹ ਗੱਲ ਨਿਕਲ ਗਈ, ਪਰ ਉਹਨੂੰ ਸ਼ਰਮ ਨਹੀਂ ਆਈ ਉਸ ਇਨਸਾਨ ਨੂੰ, ਉਹਨੇ ਕਿਹਾ ਹੁਣ ਤਾਂ ਤੁਹਾਡਾ ਭਲਾ ਰੱਬ ਹੀ ਕਰ ਸਕਦਾ। ਉਸ ਇਨਸਾਨ ਨੂੰ ਕਿਹਾ ਵੀ ਸਾਡੇ ਹੱਥ 'ਚ ਨਹੀਂ ਹੈਗਾ, ਮਤਲਬ ਡਾਕਟਰ ਦੇ ਮੂੰਹ ਵੀ ਰੱਬ ਨਿਕਲ ਗਿਆ, ਪਰ ਉਹ ਨਹੀਂ ਰੱਬ ਮੂੰਹ ਕਹਿਣਾ ਚਾਹੁੰਦਾ ਸੀ। ਔਰ ਉਹ ਉਹਨਾਂ ਨੇ ਇਹ ਸਾਰੀ ਚੀਜ਼ ਆਪਣੇ ਆ ਵਾਹਿਗੁਰੂ ਜੀ ਆਪਣੇ ਮੂੰਹੋਂ ਹੀ ਦੱਸਿਆ, ਸਾਰਾ ਕੁਛ ਸ਼ੇਅਰ ਕੀਤਾ, ਵਾਹਿਗੁਰੂ ਸਾਰਾ ਕੁਛ ਸ਼ੇਅਰ ਕੀਤਾ, ਕਿਉਂਕਿ ਅੱਜ ਉਹ
ਸੋਚ 'ਚ ਨਹੀਂ ਬੈਠੇ ਹੋਏ, ਅੱਜ ਮਾਲਕ ਨੇ ਤਰਸ ਕੀਤਾ ਅਤੇ ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਉਹਨਾਂ ਨੇ ਵੀ ਇਹ ਗੱਲ ਤੁਸੀਂ ਸੰਗਤ ਅੱਗੇ ਰੱਖਣੀ ਜ਼ਰੂਰ ਹੈ। ਫਿਰ ਵਾਹਿਗੁਰੂ ਜੀ ਕਹਿੰਦੇ ਨੇ ਜਦੋਂ ਪਿਤਾ ਜੀ ਥੋੜ੍ਹੀ ਜਿਹੀ ਨਜ਼ਰ ਰੱਖ ਲੈ ਕਰ ਦਿੰਦੇ ਆ ਨਾ ਤਾਂ ਤਰਸ ਖਾਂਦੇ ਨੇ, ਤਾਂ ਉਹਨਾਂ ਨੂੰ ਕਈ ਗੁਰਮੁਖ ਮਿਲ ਗਏ ਵਾਹਿਗੁਰੂ ਜੀ, ਅਤੇ ਜਦੋਂ ਉਹਨਾਂ ਨੂੰ ਉਹ ਗੁਰਮੁਖ ਮਿਲੇ ਤਾਂ ਉਹਨਾਂ ਦੀ ਪਹਿਲੇ ਵਹੀ ਵਾਲੀ ਗੱਲ ਆ ਗਈ ਵਾਹਿਗੁਰੂ। ਜਦੋਂ ਗੁਰਮੁਖ ਨਾਲ ਮਿਲਦਾ ਹੈ ਨਾ ਕੋਈ ਉਹ ਇਨਸਾਨ ਜਿਹੜਾ ਥੋੜ੍ਹਾ ਨਾਸਤਿਕ ਹੋ, ਜਿਹੜਾ ਭਗਵਾਨ ਉੱਤੇ ਬਲੀਵ ਨਹੀਂ ਕਰਦਾ, ਤਾਂ ਉਹ ਤਰਕ ਵਿੱਚ ਆਉਂਦਾ ਸਭ ਤੋਂ ਪਹਿਲਾਂ। ਬਟ ਉਹ ਗੁਰਮੁਖ ਨਾਮ ਜਪਣ ਵਾਲੀ ਰੂਹ ਸੀ, ਹੈ ਨਾ, ਅੱਜ ਉਹ ਜਿਹੜੇ ਵੀਰ ਨੇ ਜਿਹੜਾ ਜਿਨ੍ਹਾਂ ਦੇ ਨਾਲ ਇਹ ਸਭ ਹੋਇਆ, ਅੱਜ ਉਹ ਖੁਦ ਹੀ ਗੁਰਮੁਖ ਬਣ ਗਏ, ਖੁਦ ਗੁਰਮੁਖ ਬਣ ਗਏ। ਉਹ ਦੇਖੋ ਗੱਲ ਗਈ ਕਿੱਥੇ ਤੱਕ ਵਾਹਿਗੁਰੂ। ਵਾਹਿਗੁਰੂ ਜੀ ਉਸ ਟਾਈਮ 'ਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਨਾ ਸਾਨੂੰ ਵੀ ਇਹ ਗੱਲ ਫੁਰਨਾ ਆਇਆ। ਵਾਹਿਗੁਰੂ ਜੀ ਵਾਹੀ ਵਾਲੀ ਗੱਲ, ਉਹਨਾਂ ਦੇ ਜਦੋਂ ਉਹ ਗੱਲ ਕਰ ਰਹੇ ਸੀ ਨਾ, ਆਪਣੇ ਪਿਤਾ ਵੱਲ ਨਾ ਔਰ ਪਿਆਰ ਆ ਰਿਹਾ ਸੀ ਵਾਹਿਗੁਰੂ ਜੀ। ਕਿਵੇਂ ਕਿ ਪਿਤਾ ਜੀ ਹਰ ਕਿਸੇ ਨੂੰ ਦੱਸਦੇ ਆ, ਇੰਡੀਕੇਸ਼ਨ ਦਿੰਦੇ ਆ, ਬਚਾਉਂਦੇ ਵੀ ਆ, ਬਟ ਆਪਾਂ ਮੂਰਖ ਨਾ ਵਾਹਿਗੁਰੂ ਜੀ ਕਾਲ ਦੇ ਇਸ ਸ਼ਹਿਰ ਵਿੱਚ ਫਸੇ ਹੋਏ ਹਾਂ, ਆਪਾਂ ਆਪਣੇ ਗੁਰੂ ਸਾਹਿਬ ਜੀ ਦੇ ਨਾ ਹੁਕਮ ਨੂੰ ਸਮਝ ਹੀ ਨਹੀਂ ਪਾਉਂਦੇ, ਜਦਕਿ ਉਹ ਹਰ ਕਿਸੇ ਨੂੰ ਬਚਾਉਂਦੇ ਆ ਵਾਹਿਗੁਰੂ ਜੀ। ਬਿਲਕੁਲ ਵਾਹਿਗੁਰੂ ਜੀ। ਅਤੇ ਜਦੋਂ ਉਹ ਗੱਲਬਾਤ ਕਰੇ, ਮੈਨੂੰ ਔਰ ਆਪਣੇ ਪਿਤਾ ਜੀ ਦੇ ਨਾ ਪ੍ਰਤੀ ਇੰਨਾ ਪਿਆਰ ਸਮਝਣ ਦੀ ਕੋਸ਼ਿਸ਼ ਕਰ, ਹਾਂ ਕਿ ਸ਼ੁਕਰ ਹੈ ਉਸ ਪਰਮਾਤਮਾ ਦਾ ਕਿ ਵਾਹਿਗੁਰੂ ਜੀ ਕਿ ਖੇਡ ਹੋਈ, ਦੇਖੋ ਤਰਸ ਖਾਇਆ ਵਾਹਿਗੁਰੂ ਜੀ, ਬਿਲਕੁਲ ਤਰਸ ਕੀਤਾ, ਖੇਡ ਹੋਈ ਕੀ ਹੈ ਵੀ ਵਾਹਿਗੁਰੂ ਜੀ ਜਿਹੜਾ ਇਨਸਾਨ ਨਹੀਂ ਮੰਨ ਰਿਹਾ ਸੀ ਐਂਡ ਤੱਕ, ਡਾਕਟਰ ਵੀ ਕਹਿਣ ਲੱਗ ਗਏ ਵੀ ਤੁਹਾਡਾ ਤਾਂ ਭਲਾ ਹੁਣ ਰੱਬ ਹੀ ਕਰ ਸਕਦਾ, ਅਤੇ ਵਾਹਿਗੁਰੂ ਜੀ ਉਹ ਉੱਥੋਂ ਉੱਠਦੇ ਆ, ਘਰ ਨੂੰ ਜਾਂਦੇ ਆ, ਅਤੇ ਉਹੀ ਗੱਲ ਅੱਗੇ ਜਿਵੇਂ ਇੱਕਦਮ ਮਾਇੰਡ 'ਚ ਬਹੁਤ ਕੁਛ ਚੱਲਿਆ, ਜਿਵੇਂ ਮਾਲਕ ਨਾਲ ਕਹਿ ਲਓ ਵੀ ਮਾਲਕ ਨੇ ਸਿਗਨਲ ਦੇਣਾ ਹੁੰਦਾ ਵੀ ਤੂੰ ਪਰੇਸ਼ਾਨ ਹੋ, ਬੱਚਿਆਂ ਲਈ ਪਿਓ ਸਭ ਲਈ ਬਰਾਬਰ ਹੀ ਹੈ ਨਾ, ਪਿਆਰ ਵੀ ਬਰਾਬਰ ਹੈ, ਚਾਹੇ ਕੋਈ ਜਿੰਨਾ ਮਰਜ਼ੀ ਹੰਕਾਰਿਆ ਹੋਇਆ ਹੋਵੇ, ਕੋਈ ਜਿੰਨਾ ਮਰਜ਼ੀ ਨਾਸਤਿਕ ਹੀ ਕਿਉਂ ਨਾ ਹੋਵੇ, ਮਾਲਕ ਉਹਨੂੰ ਫਿਰ ਵੀ ਇੱਕ ਵਾਰੀ ਦੱਸਣ ਦੀ ਕੋਸ਼ਿਸ਼ ਕਰਦਾ ਵੀ ਤੇਰੀ ਜਿਹੜੀ ਖੇਡ ਹੈ ਉਹ ਮੇਰੇ ਹੱਥ 'ਚ ਹੈ। ਅਤੇ ਮਹਾਰਾਜ ਨੇ ਗੁਰਮੁਖ ਬਖਸ਼ਤੇ, ਅਤੇ ਗੁਰਮੁਖਾਂ ਨੇ ਨਾ ਕਿਹਾ ਵੀ ਤੂੰ ਵਾਹਿਗੁਰੂ 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 ਜਪਣਾ ਸ਼ੁਰੂ ਕਰ, ਤੂੰ ਮੂਲ ਮੰਤਰ ਕਰ, ਤੂੰ ਵਾਹਿਗੁਰੂ ਵਾਹਿਗੁਰੂ ਜਪ, ਤੂੰ ਬਾਣੀ ਪੜ੍ਹ, ਤੇਰੇ 'ਤੇ ਮਹਾਰਾਜ ਜ਼ਰੂਰ ਕਿਰਪਾ ਕਰਨਗੇ। ਇਹ ਗੁਰਮੁਖਾਂ ਨੇ ਬਚਨ ਕਰਤੇ। ਵਾਹਿਗੁਰੂ ਜੀ ਉਹ ਨਾ ਫਿਰ ਵੀ ਉਸ ਟਾਈਮ 'ਤੇ ਜਿਵੇਂ ਕਹਿ ਲਓ ਵੀ ਕਰਨ ਵੀ ਲੱਗੇ ਅਤੇ ਫਿਰ ਸ਼ੰਕਾ ਵੀ ਕਰੇ ਵੀ ਇਹਦੇ ਨਾਲ ਕੀ ਹੋ ਜੂਗਾ, ਮੇਰੀ ਬਿਮਾਰੀ ਥੋੜ੍ਹੀ ਠੀਕ ਹੋ ਜਾਏਗੀ, ਗੱਲ ਤਾਂ ਇੱਥੇ ਖੜੀ ਸੀ ਵੀ ਇਹ ਕਰਨ ਨਾਲ ਮੇਰੀ ਬਿਮਾਰੀ ਦਾ ਕੀ ਹੱਲ ਹੈ, ਵੀ ਫਿਰ ਕੀ ਹੁੰਦਾ ਵਾਹਿਗੁਰੂ ਜੀ ਉਹ ਪ੍ਰੋਬਲਮ ਜਿਵੇਂ ਡਾਕਟਰਾਂ ਨੇ ਦੱਸਿਆ ਸੀ ਇਹ ਵਧੀ ਜਾਣੀ ਹੈ, ਇਹਦਾ ਕੋਈ ਹੱਲ ਨਹੀਂ ਸਮਝ ਆ ਰਿਹਾ, ਉਹ ਪ੍ਰੋਬਲਮ ਵਧਣ ਲੱਗ ਗਈ। ਫਿਰ ਉਹਨਾਂ ਨੂੰ ਜਦੋਂ ਹੋਸਪਿਟਲ ਨੈਕਸਟ ਟਾਈਮ ਜਾਂਦੇ ਆ ਅਤੇ ਡਾਕਟਰ ਕਹਿੰਦੇ ਹੁਣ ਤੁਸੀਂ ਐਡਮਿਟ ਹੀ ਹੋ ਜਾਓ ਕਿਉਂਕਿ ਇਹ ਤਾਂ ਘਰ ਰਹਿਣ ਲਈ ਵੀ ਸਿਚੁਏਸ਼ਨ ਨਹੀਂ ਰਹੀ, ਚਲੋ ਇੱਕ ਟ੍ਰੀਟਮੈਂਟ ਜਿਹੜਾ ਉਹ ਤਾਂ ਚੱਲੂ ਘੱਟੋ ਘੱਟ। ਵਾਹਿਗੁਰੂ ਜੀ ਹੋਸਪਿਟਲ ਦੇ ਵਿੱਚ ਐਡਮਿਟ ਹੁੰਦੇ ਆ ਅਤੇ ਉਹ ਕਹਿੰਦੇ ਵੀ ਤੁਸੀਂ ਇੰਝ ਕਹਿ ਲਓ ਵੀ ਉੱਥੇ ਬੈਠੇ ਬੈਠੇ ਮੇਰੇ ਅੰਦਰ ਉਹ ਗੱਲ ਵਾਰ ਵਾਰ ਆ ਰਹੀ, ਗੁਰਮੁਖਾਂ ਨੇ ਕਿਹਾ ਸੀ ਵੀ ਸਿਮਰਨ ਕਰਕੇ ਦੇਖ, ਸਿਮਰਨ ਕਰ, ਮਾਲਕ ਨੂੰ ਯਾਦ ਕਰ। ਹੁਣ ਜਦੋਂ ਤੱਕ ਆਪਾਂ ਨੂੰ ਮਾਲਕ ਹੀ ਨਹੀਂ ਸਮਝਦੇ ਅਸੀਂ ਉਹਨੂੰ ਯਾਦ ਕਿੱਦਾਂ ਕਰਾਂਗੇ, ਜਦੋਂ ਤੱਕ ਅਸੀਂ ਉਹਨੂੰ ਪਿਤਾ ਹੀ ਨਹੀਂ ਸਮਝ ਰਹੇ ਅਸੀਂ ਕਿਸ ਭਾਵਨਾ ਨਾਲ ਉਹਨੂੰ ਸਮਝਾਂਗੇ ਨਾ, ਉਂਝ ਕਰੇ ਦਾ ਵੀ ਕੋਈ ਫਾਇਦਾ ਨਹੀਂ। ਵੀ ਕਈ ਵਾਰੀ ਅਸੀਂ ਲੈ ਫੁਰਨੇ ਰਹੇ ਹਾਂ ਜਾਂ ਦੁਬਿਧਾ 'ਚ ਬੈਠੇ ਹਾਂ ਜਾਂ ਉਹਦੇ 'ਤੇ ਡਾਊਟ ਕਰ ਰਹੇ ਹਾਂ ਵੀ ਉਹ ਹੈ ਹੀ ਨਹੀਂ ਜਾਂ ਉਹ ਕੁਛ ਕਰ ਹੀ ਨਹੀਂ ਸਕਦਾ, ਅਤੇ ਉਹ ਖੇਡ ਹੋ ਜਾਂਦੀ। ਉਹ ਕਹਿੰਦੇ ਵੀ ਮੈਂ ਨਾ ਬੈਠੇ ਬੈਠੇ ਜਿਵੇਂ ਕਹਿ ਲਓ ਕੁਛ ਦਿਨ ਬੀਤਦੇ ਗਏ ਹੋਸਪਿਟਲ ਦੇ ਵਿੱਚ ਜਦੋਂ ਟ੍ਰੀਟਮੈਂਟ ਚੱਲ ਰਿਹਾ ਸੀ, ਅਤੇ ਮੈਂ ਨਾ ਅੰਦਰੋਂ ਹੀ ਅੰਦਰੋਂ ਜਿਵੇਂ ਕਹਿੰਦੇ ਪਹਿਲਾਂ ਤਾਂ ਮੈਂ ਥੋੜ੍ਹਾ ਜਿਹਾ ਬੇਮੁੱਖ ਹੋ ਗਿਆ ਨਾਮ ਜਪਿਆ, ਕਹਿੰਦੇ ਹੌਲੀ ਹੌਲੀ ਕੀ ਹੋਇਆ, ਮਾਲਕ ਨੇ ਕਿਰਪਾ ਕੀਤੀ ਵੀ ਮੇਰੇ ਅੰਦਰ ਉਸ ਨਾਮ ਨਾਲ ਨਾ ਸਹਿਜ ਅਵਸਥਾ ਆਉਣ ਲੱਗ ਗਈ ਅਤੇ ਅੰਦਰ ਮੇਰੇ ਫੁਰਨੇ ਇਹ ਆਉਣ ਲੱਗ ਗਏ, ਉਹ ਸਾਰਾ ਕੁਛ ਕਹਿੰਦੇ ਨਾ ਰਿਵਾਇੰਡ ਹੋਣ ਲੱਗ ਗਿਆ ਵੀ ਤੇਰੇ ਕੋਲ ਇੰਨਾ ਪੈਸਾ, ਤੂੰ ਹਰ ਜਗ੍ਹਾ ਕਹਿੰਦਾ ਸੀ ਕਿ ਪੈਸੇ ਦੀ ਪਾਵਰ ਦੇਖੋ, ਪੈਸੇ ਨਾਲ ਮੈਨੂੰ ਸਲੂਟ ਵੱਜਦੇ ਆ, ਪੈਸਾ ਆਹ ਕਰ ਸਕਦਾ। ਕਹਿੰਦੇ ਵੀ ਆਪਣੇ ਆਪ ਨੂੰ ਬੈਠਾ ਮੈਂ ਸੋਚਾਂ
ਵੀ ਮੈਂ ਕਿਸ ਹਾਲਾਤ 'ਚ ਬੈਠਾ ਇਸ ਟਾਈਮ 'ਤੇ, ਮੇਰਾ ਪੈਸਾ ਤਾਂ ਮੇਰੇ ਕੰਮ ਆ ਨਹੀਂ ਰਿਹਾ। ਉਹ ਕਹਿੰਦੇ, ਹੁਣ ਇਹ ਗੱਲ ਧਿਆਨ ਨਾਲ ਸਮਝਣ ਵਾਲੀ, ਉਹ ਕਹਿੰਦੇ ਮੈਨੂੰ ਇੰਝ ਲੱਗ ਰਿਹਾ ਸੀ ਮੇਰਾ ਪੈਸਾ ਮੇਰੇ ਨਾਲ ਗੱਲ ਕਰ ਰਿਹਾ, ਵੀ ਤੂੰ ਸਾਨੂੰ ਹੱਥ 'ਚ ਫੜ ਕੇ ਦੁਨੀਆ 'ਤੇ ਹੰਕਾਰ ਕਰਦਾ ਸੀ, ਅੱਜ ਅਸੀਂ ਹੀ ਤੈਨੂੰ ਧੋਖਾ ਦੇ ਤਾ, ਹੁਣ ਦੱਸ ਕੀ ਕਰੇ। ਵਹੀ ਵਾਲੀ ਗੱਲ ਆ ਕਿ ਵਾਹਿਗੁਰੂ ਜੀ, ਆਪਾਂ ਸੋਚਦੇ ਹਾਂ ਕਿ ਕਾਲ ਦੇ ਸ਼ਹਿਰ ਵਿੱਚ ਰਾਜਾ ਆਪ ਪੈਸਾ ਦਿਖਾਇਆ ਗਿਆ ਹੈ ਨਾ, ਜਬਕਿ ਉਹ ਕਾਗਜ਼ ਹੈ, ਮਿੱਟੀ ਹੈ। ਅਤੇ ਵਾਹਿਗੁਰੂ ਜੀ ਜਿਨ੍ਹਾਂ ਨੂੰ ਇਹ ਲੱਗਦਾ ਹੈ, ਜਿਨ੍ਹਾਂ ਨੂੰ ਮਤਲਬ ਇੱਕ ਹੁੰਦਾ ਨਹੀਂ ਹੈ ਵਾਹਿਗੁਰੂ ਜੀ, ਉਹਨਾਂ ਦੀ ਇੱਛਾ ਹੀ ਨਹੀਂ ਖਤਮ ਹੁੰਦੀ, ਇੱਛਾਵਾਂ ਜਿਹੜੀਆਂ ਇੱਛਾਵਾਂ, ਹਾਂਜੀ ਵਾਹਿਗੁਰੂ, ਅਤੇ ਉਹ ਮਾਇਆ ਜਾਲ ਵਿੱਚ ਫਸੇ ਜਾਂਦੇ ਨੇ ਅਤੇ ਉਹਨਾਂ ਦੇ ਅੰਦਰ ਅਹੰਕਾਰ ਹੀ ਸਭ ਤੋਂ ਪਹਿਲਾਂ ਪੈਦਾ ਹੁੰਦਾ। ਅਤੇ ਉਹ ਜਿਹੜੇ ਸੋਚਦੇ ਆ ਨਾ ਕਿ ਦੇਖ ਪੈਸਾ ਫੈਂਕਾ, ਤੋ ਦੇਖੋ ਸਲੂਟ ਆ ਰਹੇ ਨੇ, ਪੈਸਾ ਫੈਂਕਾ ਤੋਂ ਬੜੇ ਬੜੇ ਲੋਕ ਸਾਥ ਬੈਠ ਰਹੇ ਨੇ, ਹੈ ਨਾ, ਬੜੀ ਸਾਰੀ ਚੀਜ਼ ਆਪਾਂ ਦੇਖਦੇ ਆਏ ਹਾਂ। ਅਤੇ ਵਾਹਿਗੁਰੂ ਜੀ ਮੈਨੂੰ ਇੱਕ ਚੀਜ਼ ਦੱਸੋ, ਜਦੋਂ ਵਾਹਿਗੁਰੂ ਜੀ ਜਦੋਂ ਆਪ ਜੀ ਦੀ ਮੌਤ ਸਾਹਮਣੇ ਆਏਗੀ, ਤੁਸੀਂ ਆਪਣੀ ਮੌਤ ਦੇ ਅੱਗੇ ਪੈਸਾ ਫੈਂਕਣਾ, ਮੌਤ ਨਹੀਂ ਆਏਗੀ ਮੁੜਨਾ ਉਹਨੇ ਫਿਰ, ਅੱਛਾ ਚਲੋ, ਫਿਰ ਉਸਦੇ ਬਾਅਦ ਜਦੋਂ ਤੁਹਾਡੇ ਪਾਂਚ ਦੂਤ ਤੁਹਾਡੇ ਸਾਹਮਣੇ ਉਸ ਉਹਨਾਂ ਦੇ ਅੱਗੇ ਜਮਦੂਤ ਬਣ ਕੇ ਆਏਗੇ ਵਾਹਿਗੁਰੂ ਜੀ, ਅਤੇ ਜ ਉਹਨਾਂ ਦੇ ਅੱਗੇ ਪੈਸੇ ਫੈਂਕਣਾ ਕਿ ਮੈਨੂੰ ਨਾ ਮਹਾਰਾਜਾ ਵਰਗਾ ਲੈ ਕੇ ਜਾ, ਖਿੱਚ ਕੇ ਇਹਨੇ ਨਾਲ ਲੈ ਕੇ ਜਾ, ਮੈਨੂੰ ਇੱਜ਼ਤ ਮਾਨ ਨਾਲ ਲੈ ਕੇ ਜਾਓ, ਆ ਧੱਕਾ ਨਹੀਂ ਕਰਨਾ ਮੇਰੇ ਨਾਲ, ਦੋਵਾਂ ਆਜੂਗਾ ਪੈਸਾ ਤਾਂ। ਜੇ ਵਾਹਿਗੁਰੂ ਜੀ ਉੱਥੇ ਪੈਸਾ ਸੱਟ ਕੇ ਇਹ ਵੀ ਕਹੇਗਾ ਕਿ ਐਂ ਕਰੋ ਤੁਸੀਂ ਫਿਰ 5-7 ਦਿਨ ਮੈਨੂੰ ਹੋਰ ਦਿਓ, ਹਫ਼ਤਾ ਦਿਓ, ਮਹੀਨਾ ਦਿਓ, ਸਾਲ ਦਿਓ, ਤੁਸੀਂ ਉਹਦੀ ਪੇਮੈਂਟ ਲੈ ਲਓ ਮੇਰੇ ਕੋਲੋਂ ਅਤੇ ਮੈਨੂੰ ਜੀ ਲੈਣ, ਸਹੀ ਬਾਤ ਇਹੋ ਜੂ ਨਾ, ਫਿਰ ਵਾਹਿਗੁਰੂ ਚਲੋ, ਫਿਰ ਧਰਮਰਾਜ ਕੇ ਪਾਸ ਅੱਗੇ ਜਾਣਾ ਵਾਹਿਗੁਰੂ ਜੀ, ਜਿਹੜਾ ਸੱਚ ਦਾ ਸੌਦਾ ਕਰਦਾ, ਜਿਹਦਾ ਪਿਤਾ ਜੀ ਦੇ ਹੁਕਮ ਵਿੱਚ ਉਹਨੂੰ ਸੇਵਾ ਬਖਸ਼ੋ, ਸੱਚ ਦਾ ਸੌਦਾ ਕਰਦਾ। ਅਤੇ ਜਦੋਂ ਤੁਹਾਡੇ ਪੂਰੇ ਜਨਮ ਦੀ ਹੈ ਨਾ ਉਹ ਗੱਠਰੀ ਖੋਲ੍ਹੇਗਾ ਜਦੋਂ ਧਰਮਰਾਜ, ਹੈ ਨਾ, ਅਤੇ ਉਹਨਾਂ ਦੇ ਅੱਗੇ ਫੈਂਕਣਾ ਪੈਸੇ ਕਿ ਮੈਨੂੰ ਸੱਚਖੰਡ ਜਗ੍ਹਾ ਦੇ, ਤੁਹਾਂ ਪੈਸਾ ਕਾਮ ਆਊਗਾ। ਪੈਸਾ ਯਹਾਂ ਪਰ ਰਾਜਾ ਦਿਖਾਇਆ ਗਿਆ ਵਾਹਿਗੁਰੂ ਜੀ, ਇੰਨਾ ਹੋਣਾ ਚਾਹੀਦਾ ਕਿ ਹਾਂ ਠੀਕ ਹੈ, ਪ੍ਰਭੂ ਨੇ ਛੱਤ ਦਿੱਤੀ, ਉਸ ਵਿੱਚ ਖਾਣਾ ਦਿੱਤਾ, ਥੋੜ੍ਹਾ ਬਹੁਤਾ ਜਿੰਨਾ ਹੁੰਦਾ ਹੈ ਨਾ ਵਾਹਿਗੁਰੂ ਜੀ, ਬਸ ਇਹਨਾਂ ਸਾਡਾ ਲਾਲਚ ਹੀ ਸਾਨੂੰ ਡੁਬਾਉਂਦਾ ਹੈ ਵਾਹਿਗੁਰੂ ਜੀ। ਅਤੇ ਇਹ ਜਿਹੜੇ ਜਿਸ ਪਿੱਛੇ ਆਪਾਂ ਭਾਗਦੇ ਹਾਂ ਨਾ ਬਹੁਤ ਜ਼ਿਆਦਾ ਵਾਹਿਗੁਰੂ ਜੀ, ਉਹ ਹੱਸਦੇ ਹੈ ਸਾਡੇ ਉੱਤੇ ਖੜ੍ਹੇ ਹੋ ਕੇ, ਇਹ ਦੇਖੋ ਕਿ ਜਿਹੜੀ ਚੀਜ਼ ਇਸਨੂੰ ਕਰਨੀ ਸੀ ਉਹ ਕਰ ਨਹੀਂ ਰਿਹਾ, ਚਲੋ ਸਾਡੇ ਹੱਥ ਆਊਗਾ, ਹੈ ਨਾ। ਅਤੇ ਪੈਸਾ ਵੀ ਵਾਹਿਗੁਰੂ ਜੀ ਐਂਡ ਟਾਈਮ ਪੇ ਪੈਸਾ ਵੀ ਆਪ ਜੀ ਨੂੰ ਧੋਖਾ ਹੀ ਦਿੰਦਾ, ਜੈਸ ਜਿਵੇਂ ਸਰੀਰ ਦੇ ਦਿੰਦਾ ਨਾ, ਸਰੀਰ ਕਿਹੜਾ ਸਾਡਾ, ਕਦੀ ਵੀ ਧੋਖਾ ਦੇ ਸਕਦਾ। ਅਸੀਂ ਕਾਲ ਦੇ ਸ਼ਹਿਰ ਵਿੱਚ ਹਰ ਉਹ ਚੀਜ਼ ਹੈ ਵਾਹਿਗੁਰੂ ਜੀ, ਪਤਾ ਨਹੀਂ ਕਿਹੜੀ ਤੁਹਾਨੂੰ ਧੋਖਾ ਦੇ, ਬਟ ਇੱਕ ਚੀਜ਼ ਹੈ ਜੋ ਤੁਹਾਨੂੰ ਕਦੀ ਧੋਖਾ ਨਹੀਂ ਦੇ ਸਕਦੀ, ਕਦੀ ਤੁਹਾਡਾ ਸਾਥ ਛੱਡ ਕੇ ਨਹੀਂ ਜਾ ਸਕਦਾ, ਉਹ ਹੈ ਗੁਰੂ ਸਾਹਿਬ ਜੀ ਵਾਹਿਗੁਰੂ ਜੀ। ਔਰ ਗੁਰੂ ਸਾਹਿਬ ਜੀ ਦਾ ਨਾਮ, ਨਾਮ ਵਾਹਿਗੁਰੂ, ਦੇਖੋ ਵਾਹਿਗੁਰੂ ਜੀ ਉਹੀ ਗੱਲ, ਨਾਮ ਦੀ ਗੱਲ 'ਤੇ ਆ ਗਏ ਤੁਸੀਂ, ਮੈਨੂੰ ਯਾਦ ਆਈ ਉਹਨਾਂ ਦੀ ਉਹੀ ਗੱਲ ਜਿਹੜੀ ਅੰਤ 'ਚ ਉਹਨਾਂ ਨੇ ਕਹੀ ਸੀ, ਜਿਹੜੀ ਮੇਨ ਗੱਲ ਉਹਨਾਂ ਨੇ ਕਹੀ, ਕਹਿੰਦੇ ਵੀ ਉਹ ਜਿਹੜਾ ਮੈਂ ਨਾਮ ਪਹਿਲਾਂ ਦੁਵਿਧਾ 'ਚ ਰਹਿ ਕੇ ਜਾਂ ਡਾਊਟਫੁੱਲ ਹੋ ਕੇ ਜਪ ਰਿਹਾ ਸੀ, ਵੀ ਇਹਦੇ ਨਾਲ ਕੀ ਹੁੰਦਾ ਹੋਊਗਾ ਕਿ ਮੈਂ ਇੱਥੇ ਪਰੇਸ਼ਾਨ, ਮੈਂ ਹਾਂ, ਪ੍ਰੋਬਲਮ ਮੇਰੀ ਖੜ੍ਹੀ ਹੋ ਗਈ, ਬਿਮਾਰੀ ਲੱਗ ਗਈ, ਰੋਗ, ਡਾਕਟਰਾਂ ਨੇ ਕਿਹਾ ਰੋਗ ਹੈ ਉਹ ਹੈ ਜਿਹਦਾ ਇਲਾਜ ਨਹੀਂ ਹੈਗਾ, ਅਤੇ ਉਹ ਕਹਿੰਦੇ ਰੋਗ ਮੈਨੂੰ ਹੈ ਅਤੇ ਮੇਰੇ ਅੰਦਰੋਂ ਪ੍ਰੋਬਲਮ ਮੇਰੀ ਖੜ੍ਹੀ ਹੈ ਇਸ ਟਾਈਮ, ਹੈ ਨਾ, ਮੇਰੇ ਸਾਹਮਣੇ। ਅਤੇ ਉਹ ਕਹਿਣ ਜਿਵੇਂ ਗੁਰਮੁਖਾਂ ਨੇ ਕਹਿਤਾ ਵੀ ਤੁਹਾਡੇ ਕੋਈ ਕਰਮ ਹੈ, ਤੁਹਾਡੇ ਸਾਹਮਣੇ ਆ ਗਿਆ, ਅਤੇ ਕਹਿੰਦੇ ਇੱਦਾਂ ਥੋੜ੍ਹੀ ਹੁੰਦਾ, ਇੱਦਾਂ ਥੋੜ੍ਹੀ ਹੁੰਦਾ, ਆਹ ਗੱਲ ਤਾਂ ਹੋ ਹੀ ਨਹੀਂ ਸਕਦੀ, ਇੱਦਾਂ ਕਿਵੇਂ ਹੋ ਜੂਗਾ, ਕਿਹੜਾ ਕਰਮ, ਮੈਂ ਤਾਂ ਇੰਝ ਨਹੀਂ ਕੀਤਾ, ਮੈਂ ਤਾਂ ਉਂਝ ਨਹੀਂ ਕੀਤਾ, ਗੱਲ ਨਹੀਂ ਸਮਝਦਾ ਨਾ ਇਨਸਾਨ।
ਕਹਿੰਦੇ ਉਸ ਟਾਈਮ 'ਤੇ ਮੇਰੇ ਆਪਣੇ ਆਪ ਜਿਵੇਂ ਦਿਨ ਬੀਤਦੇ ਗਏ ਹੋਸਪਿਟਲ ਦੇ ਵਿੱਚ, ਜਿੱਥੇ ਰਿਸ਼ਤੇਦਾਰ ਪਤਾ ਲੈਣ ਆਉਂਦੇ ਨੇ, ਦੋਸਤ ਮਿੱਤਰ ਪਤਾ ਲੈਣ ਆਉਂਦੇ ਨੇ, ਅਤੇ ਉਹ ਵੀ ਕੀ ਕਰਨਗੇ, ਉਹ ਦੇਖ ਰਹੇ ਨੇ ਵੀ ਜਦੋਂ ਮੇਰੇ ਕੋਲ ਪੈਸਾ ਸੀ ਤਾਂ ਮੈਂ ਠੀਕ ਸੀ, ਉਦੋਂ ਤਾਂ ਇਹ ਬਹੁਤ ਕੁਛ ਹੋਰ ਸੀ ਮਾਹੌਲ, ਅੱਜ ਮੈਂ ਹੋਸਪਿਟਲ 'ਚ ਬੈਠਾ, ਇਹਨਾਂ ਨੂੰ ਪਤਾ ਹੈ ਕਿ ਮੈਂ ਔਖਾ ਵਾਂ ਪ੍ਰੋਬਲਮ 'ਚ ਹਾਂ, ਅਤੇ ਉੱਥੇ ਕੋਈ ਉਹ ਚੀਜ਼ ਫੀਲ ਨਹੀਂ ਹੋਈ ਉਹਨਾਂ ਨੂੰ ਵੀ ਇਹ ਸਾਰੇ ਮੇਰੇ ਹੀ ਨੇ, ਇਕੱਲਿਆਂ ਛੱਡ ਕੇ ਜਾਣਾ ਪਏਗਾ ਆਖਰ ਕਿੰਨੀ ਦੇਰ ਕੋਈ ਕੀ ਕਰੂਗਾ। ਅਤੇ ਡਾਕਟਰ ਵੀ ਬਹੁਤਾ ਟਾਈਮ ਉਹ ਕਹਿੰਦੇ ਵੀ ਨਹੀਂ, ਜਿਵੇਂ ਮਿਲਣ ਦਿੰਦੇ ਸੀ, ਜਿਵੇਂ ਵੀ ਉਹਨਾਂ ਦੀ ਰਿਸਟ੍ਰਿਕਸ਼ਨ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਆ, ਕਹਿੰਦੇ ਬੈਠੇ ਬੈਠੇ ਨਾ ਅੰਦਰੋਂ ਆਪਣੇ ਆਪ ਹੀ ਅੱਖਾਂ ਬੰਦ ਹੋਣ ਲੱਗ ਜਾਂਦੀਆਂ ਸੀ, ਅਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਹਿੰਦੇ ਬੈਠਾ ਮੈਂ ਇੱਦਾਂ ਨਾ ਪਿਆਰ ਨਾਲ ਸਿਮਰਨ ਆਪਣੇ ਆਪ ਹੋਣ ਲੱਗ ਗਿਆ। ਕਹਿੰਦੇ ਇੱਕ ਸੀ ਕਿ ਪਹਿਲਾਂ ਮੈਂ ਕਰਨਾ ਚਾਹੁੰਦਾ ਸੀ ਅਤੇ ਡਾਊਟ ਕਰਦਾ ਸੀ, ਇੱਕ ਮਾਲਕ ਨੇ ਆਪੇ ਸੇਵਾ ਲੈ ਲਈ ਜਦੋਂ, ਕਹਿੰਦੇ ਜਦੋਂ ਉਹ ਸਿਮਰਨ ਹੋਣ ਲੱਗ ਗਿਆ ਸੱਚ ਜਾਣਿਓ, ਕਹਿੰਦੇ ਕੁਛ ਦਿਨਾਂ ਦੇ ਵਿੱਚ ਹੀ ਮਹਾਰਾਜ ਨੇ ਖੇਡ ਮੇਰੀ ਨਾਮ ਨਾਲ ਜੋੜ ਦਿੱਤੀ। ਉਹ ਇਨਸਾਨ ਦੇਖੋ, ਤੁਹਾਨੂੰ ਹੁਣ ਸਮਝ ਆ ਗਈ ਕਿ ਉਹ ਇਨਸਾਨ ਜਿਹੜਾ ਕਿਸ ਪਾਸਿਓ ਚੱਲਿਆ, ਅਤੇ ਅੰਤ ਦੇ ਵਿੱਚ ਜਿੱਥੇ ਉਹ ਨਾਮ ਨਾਲ ਜੁੜਿਆ, ਮਤਲਬ ਉਹਨੂੰ ਆਪਾਂ ਕਹਿ ਰਹੇ ਹਾਂ ਕਿ ਨਾਮ ਨਾਲ ਜੁੜਨ ਤੋਂ ਬਾਅਦ ਤਾਂ ਸਾਰਾ ਕੁਛ ਮਾਲਕ ਦੇ ਹੱਥ ਹੋ ਗਿਆ ਨਾ, ਖੇਡ ਬਦਲ ਹੀ ਗਈ, ਜਨਮ ਹੀ ਬਦਲ ਗਿਆ। ਅਤੇ ਉਸ ਖੇਡ ਤੱਕ, ਉਸ ਜਨਮ ਤੋਂ ਬਾਅਦ ਅਗਲਾ ਜਿਹੜਾ ਉਹਦਾ ਜਨਮ ਸ਼ੁਰੂਆਤ ਹੋਈ, ਜਿੱਥੇ ਉਹਨੂੰ ਨਾਮ ਨਾਲ ਪਿਆਰ ਹੀ ਪੈ ਗਿਆ। ਹੁਣ ਉਹਨਾਂ ਨੇ ਇਹ ਗੱਲ ਸ਼ੇਅਰ ਕੀਤੀ ਹੈ ਅਤੇ ਇਹਦਾ ਮਤਲਬ ਉਹ ਹੈਗੇ ਨੇ, ਰੋਗ ਨੇ, ਹੁਣ ਉਹਨਾਂ ਦਾ ਉਹ ਰੋਗ ਹੈ ਜਿਹੜਾ ਉਹ ਨਹੀਂ ਹੈਗਾ। ਅਤੇ ਡਾਕਟਰਾਂ ਦਾ ਇਹ ਕਹਿਣਾ ਸੀ ਕਿ ਤੈਨੂੰ ਹੋਸਪਿਟਲ ਦੇ ਵਿੱਚ ਤਾਂ ਰੱਖਿਆ ਸੀ ਕਿ ਜਿਹੜਾ ਤੇਰਾ ਰੋਗ ਹੈ ਉਹ ਤੇਰਾ ਘਰ ਰਹਿ ਕੇ ਜਾਂ ਪ੍ਰੋਬਲਮ ਤੈਨੂੰ ਹੋਰ ਡਿਸਟਰਬ ਕਰੂਗੀ। ਹੋਸਪਿਟਲ 'ਚ ਇੱਕ ਇਨਸਾਨ ਨੂੰ ਇਹ ਹੁੰਦਾ ਕਿ ਮੇਰਾ ਤਾਂ ਟ੍ਰੀਟਮੈਂਟ ਚੱਲ ਰਿਹਾ, ਪਰ ਡਾਕਟਰਾਂ ਦਾ ਇਹ ਕਹਿਣਾ ਸੀ ਉਹਨਾਂ ਨੂੰ ਕਿ ਟ੍ਰੀਟਮੈਂਟ ਤਾਂ ਕੋਈ ਸੀਗਾ ਹੀ ਨਹੀਂ, ਤੇਰੀ ਫੈਮਿਲੀ ਨੇ ਇਹ ਕਿਹਾ ਵੀ ਘਰ ਰਹਿ ਕੇ ਇਹ ਗੱਲਾਂ ਕਰਨ ਲੱਗ ਗਿਆ ਵੀ ਇਹਦਾ ਟ੍ਰੀਟਮੈਂਟ ਹੈ ਨਹੀਂ, ਮੈਂ ਕੀ ਕਰਾਂ ਮੈਂ ਕੀ ਕਰਾਂ। ਅਤੇ ਡਾਕਟਰਾਂ ਨੂੰ ਇਹ ਫੈਮਿਲੀ ਨੇ ਕਿਹਾ, ਸਮਝਾਇਆ ਵੀ ਤੁਸੀਂ ਇਹਨੂੰ ਕਿਸੇ ਤਰੀਕੇ ਇਹ ਕਹੋ ਵੀ ਤੂੰ ਇੱਥੇ ਐਡਮਿਟ ਹੋ ਜਾ, ਜਿੰਨਾ ਹੋ ਸਕਦਾ ਉਹਨਾਂ ਤਾਂ ਤੇਰਾ ਟ੍ਰੀਟਮੈਂਟ ਕਰੀਏ। ਪਰ ਅਸਲ 'ਚ ਡਾਕਟਰ ਬਾਅਦ 'ਚ ਇਹ ਗੱਲ ਦੱਸਦੇ ਨੇ ਵੀ ਟ੍ਰੀਟਮੈਂਟ ਤਾਂ ਇਹਦਾ ਕੋਈ ਸੀਗਾ ਹੀ ਨਹੀਂ ਸਾਡੇ ਕੋਲ, ਪ੍ਰੋਪਰ ਟ੍ਰੀਟਮੈਂਟ ਤਾਂ ਸੀਗਾ ਹੀ ਨਹੀਂ। ਜਿਵੇਂ ਕਹਿ ਦਿੰਦੇ ਨਾ ਕਰੋਨਾ ਆਇਆ ਸੀ ਅਤੇ ਉਦੋਂ ਕੋਈ ਕਹਿੰਦਾ ਸੀ ਆਹ ਕਰ ਲਓ ਉਹ ਖਾ ਲਓ, ਪ੍ਰੋਪਰ ਟ੍ਰੀਟਮੈਂਟ ਤਾਂ ਉਹਦਾ ਆਇਆ ਨਹੀਂ ਸੀ, ਠੀਕ ਹੈ ਵਾਹਿਗੁਰੂ ਜੀ। ਉਹ ਇੱਕ ਐਵੇਂ ਜਿਵੇਂ ਕਹਿੰਦੇ ਨਾ ਵੀ ਉਸ ਸਮੇਂ ਦੇ ਵਿੱਚ ਬੜੀਆਂ ਹੀ ਗੱਲਾਂ ਆਈਆਂ, ਆਹ ਉਹਦਾ ਟ੍ਰੀਟਮੈਂਟ ਹੈ, ਆਹ ਟ੍ਰੀਟਮੈਂਟ ਹੈ, ਫਿਰ ਜਿਹੜੇ ਇੰਜੈਕਸ਼ਨ ਵੀ ਲਾਏ ਉਹ ਕਿਹੜਾ ਉਹਦਾ ਟ੍ਰੀਟਮੈਂਟ ਸੀ, ਗੱਲਾਂ ਕੁਛ ਹੋਰ ਸੀ ਅਸਲ ਦੇ ਵਿੱਚ, ਸੱਚ ਕੁਛ ਹੋਰ ਸੀ। ਅਤੇ ਉਹ ਕਹਿੰਦੇ ਫਿਰ ਡਾਕਟਰਾਂ ਨੇ ਐਂਡ 'ਚ ਇਹ ਗੱਲ ਜਦੋਂ ਕਹੀ ਵੀ ਸਾਨੂੰ ਇਹ ਸਮਝ ਨਹੀਂ ਆ ਰਿਹਾ ਤੇਰਾ ਰੋਗ ਹੌਲੀ ਹੌਲੀ ਘਟਣ ਨੂੰ ਜਾ ਰਿਹਾ, ਜਿਹੜਾ ਬਹੁਤ ਲਾਸਟ ਤੱਕ ਤੇਰੀ ਜ਼ਿੰਦਗੀ ਨੂੰ ਲੈ ਕੇ ਜਾ ਰਿਹਾ ਸੀ, ਸਾਨੂੰ ਇਹ ਲੱਗ ਰਿਹਾ ਸੀ ਵੀ ਇਹਦਾ ਇੰਨਾ ਸਮਾਂ ਹੋਊਗਾ, ਇਹਦਾ ਇੰਨਾ ਸਮਾਂ ਬਚਿਆ ਹੋਊਗਾ। ਅਤੇ ਕਹਿੰਦੇ ਆਪਾਂ ਤੁਹਾਡੇ ਘਰਦਿਆਂ ਨੂੰ ਵੀ ਇਹ ਗੱਲ ਕਹਿਤੀ ਸੀ ਵੀ ਇਹਨਾਂ ਕੋਲ ਬਹੁਤਾ ਸਮਾਂ ਨਹੀਂ, ਪਰ ਕਹਿੰਦੇ ਉਹ ਰੋਗ ਜਿਹੜੇ ਟੈਸਟ ਹੁੰਦੇ ਸੀ ਨਾ ਵਾਹਿਗੁਰੂ ਜੀ, ਹੁਣ ਡਾਕਟਰ ਟੈਸਟ ਤਾਂ ਕਰਨਗੇ ਘਰਦਿਆਂ ਨੂੰ ਦੱਸਣ ਲਈ, ਅਪਡੇਟ ਕਰਨ ਲਈ ਵੀ ਗੱਲ ਕਿੱਥੇ ਤੱਕ ਗੜੀ ਹੈ, ਜਦੋਂ ਉਹਨਾਂ ਨੇ ਦੇਖਿਆ ਵੀ ਇਹ ਪ੍ਰੋਬਲਮ ਹੁਣ ਪਿੱਛੇ ਨੂੰ ਵਾਪਸ ਜਾਣਾ ਸ਼ੁਰੂ ਹੋ ਗਈ, ਅਤੇ ਉਹਦੇ ਘਰਦਿਆਂ ਨੇ ਉਹਨਾਂ ਨੂੰ ਕਿਹਾ ਵੀ ਤੁਹਾਡੀ ਜਿਹੜੀ ਪ੍ਰੋਬਲਮ ਹੈ ਇਹ ਪਤਾ ਨਹੀਂ, ਉਹਨਾਂ ਨੇ ਇਹ ਵਰਡ ਯੂਜ਼ ਕੀਤੇ ਨਾ ਵੀ ਉਹ ਗੁਰੂ ਸਾਹਿਬ ਨੇ ਕਿਰਪਾ ਕਰਤੀ, ਮਹਾਰਾਜ ਨੇ ਤਰਸ ਕਰ ਲਿਆ, ਤੁਹਾਡੀ ਜਿਹੜੀ ਪ੍ਰੋਬਲਮ ਹੈ ਉਹ ਘਟ ਰਹੀ ਹੈ, ਠੀਕ ਹੋ ਰਹੇ ਹੋ ਤੁਸੀਂ। ਤਾਂ ਫਿਰ ਉਸ ਟਾਈਮ 'ਤੇ ਸਮਝ ਚੁੱਕੇ ਸੀ ਸਾਰੀ ਗੱਲ, ਨਾਮ ਦੀ ਤਾਕਤ, ਉਹ ਖੇਡ ਕਿ ਮਾਲਕ ਨੇ ਕਿਵੇਂ ਨਾਮ ਜਪਵਾਇਆ, ਅਤੇ ਉਹ ਨਾਮ ਜਪਵਾ ਕੇ ਉਹਨਾਂ ਨੂੰ ਠੀਕ ਵੀ ਕੀਤਾ, ਹੁਣ ਉਹ ਪ੍ਰਤੱਖ ਦੇਖ ਰਹੇ ਸੀ ਸਾਰਾ ਕੁਛ, ਅਤੇ ਉਹ ਵਿਸ਼ਵਾਸ 'ਤੇ ਉਹ ਲੈ ਕੇ ਉਹ ਕਹਿੰਦੇ ਹਾਂ ਹੁਣ ਮੈਨੂੰ ਪਤਾ ਕਿ ਮੈਨੂੰ ਅਰੋਗ ਕਿਹਨੇ ਕੀਤਾ, ਰੋਗ ਤੋਂ ਅਰੋਗ ਕਿਹਨੇ ਕੀਤਾ, ਉਸ ਮਾਲਕ ਨੇ ਹੀ ਕੀਤਾ, ਕਿਉਂਕਿ ਕਹਿੰਦੇ ਮੇਰਾ ਜਿਹੜਾ ਟ੍ਰੀਟਮੈਂਟ ਕਰਦੇ ਸੀ ਉਹ ਤਾਂ ਉਹੀ ਸੀ ਜਿਹੜਾ ਪਹਿਲਾਂ ਵੀ ਹੋ ਰਿਹਾ ਸੀ, ਉਹਦੇ ਨਾਲ ਤਾਂ ਕੁਛ ਨਹੀਂ ਹੋ ਰਿਹਾ ਸੀ। ਕਹਿੰਦੇ ਮੈਨੂੰ ਅੰਦਰੋਂ ਅੰਦਰੋਂ ਪਤਾ ਸੀ, ਹੌਲੀ ਹੌਲੀ ਮਹਾਰਾਜ ਜਿਤਾ ਰਹੇ ਸੀ ਵੀ ਨਾਮ ਜਪ ਨਾਮ ਜਪ। ਉਹ ਕਹਿੰਦੇ ਇਕੱਲਿਆਂ 'ਚ ਰਹਿ ਕੇ ਨਾਮ ਜਪ ਕੇ ਮਾਲਕ ਦੇ ਚਰਨਾਂ 'ਚ ਸੁਰਤੀ ਜੁੜਨ ਲੱਗ ਗਈ ਆਟੋਮੈਟਿਕਲੀ। ਕਹਿੰਦੇ ਮੈਨੂੰ ਪਤਾ ਹੀ ਨਹੀਂ ਲੱਗਦਾ ਸਹਿ ਸੁਭਾਏ ਕਿੰਨਾ ਕਿੰਨਾ ਸਮਾਂ, ਜਿਵੇਂ ਕਹਿ ਲਓ ਅੰਦਰ ਬਿਠਾ ਲਿਆ, ਉਂਝ ਜਿਹੜਾ ਇਨਸਾਨ ਹੈ ਹੰਕਾਰਿਆ ਹੋਇਆ ਵਾਹਿਗੁਰੂ ਜੀ ਉਹ ਕਿੱਥੇ ਨਾਮ ਜਪਦਾ, ਉਹ ਉਹਦੇ ਕੋਲ ਸਮਾਂ ਹੈ ਇਹ ਕੰਮ ਕਰਨ ਲਈ? ਉਹ ਕਹਿੰਦਾ ਇਹ ਕੰਮਾਂ 'ਚੋਂ ਕੰਮ ਹੈ।
ਤਾਂ ਉਸ ਇਨਸਾਨ ਨੇ ਬਹੁਤ ਸੋਹਣਾ ਨਾਮ ਜਪਿਆ, ਰੋਗ ਠੀਕ ਹੋਇਆ। ਅੱਜ ਉਹ ਆਪ ਜੀ ਲਈ, ਸੰਗਤ ਜੀ ਲਈ, ਗੁਰਮੁਖਣ ਜਿੱਥੇ ਉਹ ਮਿਲਦੇ ਵੀ ਨੇ, ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਨੇ ਵੀ ਦੇਖੋ ਜੀ ਵੀ ਮਾਲਕ ਕਿਵੇਂ ਜੋੜ ਲੈਂਦੇ ਨੇ ਆਪਣੇ ਨਾਲ, ਹੈ ਨਾ ਵਾਹਿਗੁਰੂ ਜੀ। ਚਲੋ ਵਾਹਿਗੁਰੂ ਜੀ, ਸਮਾਪਤੀ ਕਰਨ ਤੋਂ ਪਹਿਲਾਂ, ਫਤਿਹ ਕਰਨ ਤੋਂ ਪਹਿਲਾਂ ਵਾਹਿਗੁਰੂ ਜੀ ਥੋੜ੍ਹਾ ਨਾਮ ਜਪਦੇ ਹਾਂ। ਆਓ ਭਾਈ, ਆਓ ਗੁਰੂ ਦੇ ਪਿਆਰਿਓ, ਆਪ ਜੀ ਵੀ ਅਭਿਆਸ ਕਰੋ ਜੀ, ਨਾਮ ਜਪੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।